ਮੈਂ ਤੀਰ ਸਿੰਘ ਬਾਸੀ ਜਨ ਸਕੱਤਰ ਪੰਜਾਬ ਸਵਾਰੀਆਂ ਸਰ ਫੈਡਰੇਸ਼ਨ ਪੰਜਾਬ। ਅੱਜ ਅਸੀਂ ਪੰਜਾਬ ਸਵਾਰੀਆਂ ਸਰ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਕੋਠੇ ਸਾਂਝੀ ਮੀਟਿੰਗ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਜਿਹੜਾ 22 ਤਰੀਕ ਨੂੰ ਜਿਹੜਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਹਾਂ ਉਹਦੀ ਤਿਆਰੀ ਦੀ ਮੀਟਿੰਗ ਕੀਤੀ ਜਾ ਰਹੀ ਆ। ਪਿਛਲੇ ਸਮੇਂ ਜਦੋਂ ਸਰਕਾਰ ਬਣੀ ਆ, ਸਰਕਾਰ ਬਣੀ ਨੂੰ 10 ਮਹੀਨੇ ਦਾ ਸਮਾਂ ਹੋ ਗਿਆ, ਪਰ ਸਰਕਾਰ ਨੇ ਗੱਲਬਾਤ ਦਾ ਮੁਲਾਜ਼ਮਾਂ ਦਾ ਗੱਲ ਕਰਨ ਦਾ ਜਿਹੜਾ ਦੌਰ ਕਦੀ ਵੀ ਸ਼ੁਰੂ ਨਹੀਂ ਕੀਤਾ। ਅਸੀਂ ਇਸ ਤੋਂ ਪਹਿਲਾਂ ਬਲਾਕਾਂ ਦੇ ਅੰਦਰ ਫਿਰ ਜ਼ਿਲ੍ਹਿਆਂ ਦੇ ਅੰਦਰ ਜਿਹੜਾ ਅਸੀਂ ਮੰਗ ਪੱਤਰ ਦਿੱਤੇ ਆ, ਪਰ ਉਹਦੇ ਨਾਲ ਨਾਲ ਅਸੀਂ MLA ਸਾਹਿਬ ਨੂੰ ਵੀ ਆਪਣੇ ਜਿਹੜੇ ਮੰਗ ਪੱਤਰ ਭੇਜੇ ਆ, ਜਿਨ੍ਹਾਂ ਦੇ ਵਿੱਚ ਅਸੀਂ ਕੰਟਰੈਕਟ ਬੇਸ, ਡੇਲੀ ਵੇਜ, ਵਰਕ ਚਾਰਜ ਜਿਹੜੇ ਕੰਮ ਆ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਸੀਗੀ। ਆਂਗਣਵਾੜੀ, ਮਿਡ ਡੇ ਮੀਲ ਅਤੇ ਆਸ਼ਾ ਵਰਕ ਜਿਹੜੇ ਮਾਣ ਭੱਤੇ ਦੇ ਕੰਮ ਕਰਦੀਆਂ ਸੀ ਉਹਨਾਂ ਦੇ ਜਿਹੜੇ ਮਾਣ ਭੱਤੇ 'ਚ ਵਾਧੇ ਕਰਨ ਦੀ ਮੰਗ ਕੀਤੀ ਸੀ। ਇਹਦੇ ਨਾਲ ਹੀ ਅਸੀਂ ਜਿਹੜੇ ਹੋਰ ਕੰਟਰੈਕਟ ਬੇਸ ਆ, ਜਿਹਨਾਂ ਨੂੰ 3-3 ਸਾਲ ਹੋ ਗਿਆ ਆ, ਕਈਆਂ ਨੇ 5-5 ਸਾਲ ਹੋ ਗਿਆ, ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਸੀਗੀ, ਪਰ ਸਰਕਾਰ ਨੇ ਉਹਨਾਂ ਸਾਰੀਆਂ ਮੰਗਾਂ ਦੇ ਉੱਤੇ ਕੋਈ ਵੀ ਹਾਂ ਪੱਕੀ ਹੰਕਾਰਾਂ ਨਹੀਂ ਭਰਿਆ, ਜਿਹਦੇ ਕਾਰਨ ਅਸੀਂ ਜਿਹੜਾ 22 ਬਜਟ ਦੇ ਸੈਸ਼ਨ ਦੇ ਦੌਰਾਨ ਜਿਹੜਾ 22 ਤਰੀਕ ਨੂੰ ਚੰਡੀਗੜ੍ਹ ਜਿਹੜਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਹਾਂ, ਉਹਦੀ ਤਿਆਰੀ ਜਿਹੜੀ ਆਉਣ ਵਾਲੇ ਸਮੇਂ 'ਚ ਜਿਹੜੀ ਜਾਰੀ ਆ, ਅਤੇ ਤਾਂ ਕਿ ਜਿਹੜਾ ਸਰਕਾਰ ਤਾਂ ਜਿਹੜੀ ਗੱਲ ਆਪਣੀ ਰੱਖ ਸਕੇ। ਇਸ ਤੋਂ ਬਾਅਦ ਦਾ ਕੀ ਅਖੀਰ ਪਲਾਨ ਆ ਜੀ ਆਪਣਾ? ਜੇ ਸਰਕਾਰ ਨੇ ਫਿਰ ਵੀ ਨਾ ਮੰਨੀਆਂ ਸਾਡੀਆਂ ਮੰਗਾਂ, ਉਸ ਤੋਂ ਬਾਅਦ ਅਸੀਂ ਜਿਹੜੇ ਆ ਪੰਜਾਬ ਦੇ ਅੰਦਰ, ਜਿਹੜਾ ਪੰਜਾਬ ਦੇ ਇਕੱਲੇ ਸ਼ਹਿਰ ਦੇ ਅੰਦਰ ਹੋਰ ਰੋਸ ਪ੍ਰਦਰਸ਼ਨ ਕਰਕੇ ਦੂਜੀਆਂ ਜਥੇਬੰਦੀਆਂ ਨਾਲ ਲੈ ਕੇ ਜਿਹੜਾ ਆ ਇਹਨੂੰ ਅੰਦੋਲਨ ਨੂੰ ਹੋਰ ਤਿੱਖਾ ਕਰਾਂਗੇ।